ਘਰ ਕਿੱਦਾਂ ਤੁਸੀਂ ਬੂਸਟਰ ਬਣਾ ਸਕਦੇ ਹੋ, ਇਮਿਊਨਿਟੀ ਬੂਸਟਰ? ਬਹੁਤ ਹੀ ਈਜ਼ੀ ਤਰੀਕੇ ਨਾਲ ਬਣਾ ਸਕਦੇ ਹੋ। ਜੇ ਤੁਹਾਨੂੰ ਮੈਂ ਦੱਸਾਂ, 5 ਲੀਟਰ ਦਾ ਇੱਕ ਤੁਸੀਂ ਪਤੀਲਾ ਲੈ ਲੈਣਾ, ਸਟੀਲ ਦਾ ਪਤੀਲਾ ਲਿਓ, ਸਟੀਲ ਦੇ ਪਤੀਲੇ ਦੇ ਵਿੱਚ 5 ਲੀਟਰ ਪਾਣੀ ਪਾ ਲਓ, ਉਹਦੇ ਵਿੱਚ ਇੱਕ ਪਾਈਨਐਪਲ ਲਓ, ਉਹਨੂੰ ਕੱਟ ਕੇ ਛਿਲ ਕੇ ਕੱਟ ਕੇ ਪਾਈਨਐਪਲ ਪੂਰਾ ਪਾ ਲਓ, ਕੱਚਾ ਪਾਈਨਐਪਲ, ਐਂਡ ਦੈਨ ਉਹਦੇ ਵਿੱਚ 2 ਲੈਮਨ ਉਹਨੂੰ ਚੰਗੀ ਤਰ੍ਹਾਂ ਧੋ ਲਓ ਤੇ ਛਿਲਕੇ ਸਮੇਤ ਕੱਟ ਕੇ ਉਹ ਵਿੱਚ ਪਾ ਦੇਣੇ ਨੇ। ਫਿਰ ਉਹਦੇ ਵਿੱਚ ਤੁਸੀਂ ਕੁਛ 2 ਇੰਚ ਦੇ ਬਰਾਬਰ, 2-3 ਇੰਚ ਦੇ ਬਰਾਬਰ, ਯਾਨੀ ਕਿ ਇੰਨੀ ਕੁ ਜਿਹੜੀ ਹਰੀ ਹਲਦੀ ਹੁੰਦੀ ਹੈ ਜਾਂ ਜਿਹਨੂੰ ਕਹਿੰਦੇ ਕੱਚੀ ਹਲਦੀ, ਉਹਨੂੰ ਕੱਦੂਕਸ਼ ਕਰਕੇ ਪਾ ਦੇਣਾ ਹੈ ਵਿੱਚ, ਐਂਡ ਦੈਨ ਉਹਦੇ ਵਿੱਚ ਤੁਸੀਂ ਉਨਾ ਕੀ ਅਦਰਕ ਦਾ ਪੀਸ ਪਾ ਦੇਣਾ ਹੈ, ਤੇ ਨਾਲ ਤੁਸੀਂ ਇੱਕ ਵੱਡਾ ਚਮਚਾ ਭਰ ਕੇ ਸਿਨਮਨ ਪਾਊਡਰ ਦਾ ਪਾ ਦੇਣਾ ਹੈ। ਸਿਨੇਮਨ ਸਟਿਕ ਵੀ ਪਾ ਸਕਦੇ ਹੋ, ਪਾਊਡਰ ਵੀ ਪਾ ਸਕਦੇ ਹੋ, ਮੇਰੇ ਕੋਲ ਪਾਊਡਰ ਅਵੇਲੇਬਲ ਸੀ ਇਸ ਕਰਕੇ ਮੈਂ ਪਾਊਡਰ ਪਾਤਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਫਿਰ ਤੁਸੀਂ ਸਲੋ ਫਾਇਰ ਤੇ ਕਰਕੇ ਢੱਕਣ ਰੱਖ ਕੇ 1.5 ਘੰਟਾ ਉਹਨਾਂ ਨੂੰ ਰਿੱਝਣ ਦੇਣਾ ਬਿਲਕੁਲ ਸਲੋ ਫਾਇਰ ਤੇ, ਔਰ ਉਹਦੇ 1.5 ਘੰਟੇ ਬਾਅਦ ਜੋ ਤੁਹਾਨੂੰ ਇੱਕ ਚੰਗੀ ਜੀ ਮਹਿਕ ਆਉਣੀ ਸ਼ੁਰੂ ਹੋ ਜਾਊਗੀ, ਅਰੋਮਾ ਜਿਹਾ ਆਉਣਾ ਸ਼ੁਰੂ ਹੋ ਜਾਊਗਾ, ਉਹਨੂੰ ਠੰਡਾ ਕਰ ਲਓ। ਠੰਡਾ ਕਰਨ ਤੋਂ ਬਾਅਦ ਉਹਦੇ 'ਚ ਤੁਸੀਂ 1/2 ਕੱਪ ਦੇ ਕਰੀਬ ਤੁਸੀਂ ਐਪਲ ਸਾਈਡਰ ਵਿਨੇਗਰ ਪਾ ਦੇਣਾ ਹੈ। ਜੇ ਤੁਹਾਨੂੰ ਜ਼ਿਆਦਾ ਉਹ ਲੱਗੇ ਕੌੜਾ, ਪਰ ਕਰੇ ਹੋਏ ਕਿ ਇਹ ਸਾਰਾ ਪ੍ਰਿਪੇਅਰ ਕਰਨ ਤੋਂ ਬਾਅਦ ਠੰਡਾ ਕਰਕੇ ਛਾਣ ਲਓ। ਛਾਣ ਕੇ ਛੋਟੀਆਂ ਬੋਟਲਾਂ ਦੇ ਵਿੱਚ ਪਾ ਕੇ ਰੱਖ ਲਓ, ਜਿੱਦਾਂ ਇੱਕ ਛੋਟੀ ਬੋਟਲ 'ਚ ਪਾ ਲਓ 3 ਹਿੱਸੇ ਉਹਦੇ 'ਚ, 3/4 ਹਿੱਸਾ ਹੋਵੇ ਉਹਦੇ 'ਚ ਤੁਹਾਡਾ ਇਹ ਕਨਕੋਕਸ਼ਨ, ਤੇ 1/4 ਹਿੱਸਾ ਤੁਸੀਂ ਇਹ 'ਚ ਜੇ ਹਨੀ ਮਿਕਸ ਕਰਕੇ ਰੱਖਦੇ ਹੋ ਤਾਂ ਬੱਚੇ ਆਰਾਮ ਨਾਲ ਪੀ ਲੈਣਗੇ। ਔਰ ਸਵੇਰੇ ਉੱਠਦੇ ਸਾਰ ਜੇ ਤੁਸੀਂ 20-30 ml, ਯਾਨੀ ਕਿ 2 ਵੱਡੇ ਚਮਚੇ ਜਿਹੜੇ ਹੁੰਦੇ ਨੇ ਸਾਡੇ, ਟੇਬਲ ਸਪੂਨ 15 ਮਿਲਦਾ ਹੁੰਦਾ, ਸੋ 2 ਟੇਬਲ ਸਪੂਨ ਜੇ ਤੁਸੀਂ ਲੈ ਲੈਂਦੇ ਹੋ ਸਵੇਰੇ ਉੱਠਣ ਤੋਂ ਬਾਅਦ, ਤੁਹਾਨੂੰ ਜਿਹੜੀ ਸਰਦੀ ਜ਼ੁਕਾਮ ਜਾਂ ਤੁਹਾਡੀ ਇਮਿਊਨਿਟੀ ਲੋਅ ਹੋਣ ਦੀਆਂ ਚਾਂਸਿਸ ਨੇ ਉਹ ਬਹੁਤ ਘੱਟ ਜਾਂਦੇ ਨੇ। ਸੋ ਉਹਦੇ ਨਾਲ ਤੁਹਾਡੀ ਇਮਿਊਨਿਟੀ ਸਟਰੋਂਗ ਹੁੰਦੀ ਹੈ, ਤੁਹਾਡੇ ਕੋਲ ਜਿਹੜੇ ਵਿਟਾਮਿਨ ਸੀ ਦੀ ਇਨਫ ਡੋਜ਼ ਅੰਦਰ ਜਾਂਦੀ ਹੈ, ਤੁਹਾਡੇ ਕੋਲ ਸਿਨੇਮਨ ਹੁੰਦਾ, ਜਿਹੜਾ ਸਿਨੇਮਨ ਦੇ ਨਾਲ ਤੁਹਾਡੀ ਅੰਦਰ ਜਿਹੜੇ ਹੋਣ ਵਾਲੀ ਇਨਫਲਮੇਸ਼ਨ ਵਗੈਰਾ ਉਹਦੇ 'ਤੇ ਕੰਟਰੋਲ ਰਹਿੰਦੀ ਹੈ। ਪਲੱਸ ਜੇ ਕਿਸੇ ਨੂੰ ਸ਼ੂਗਰ ਵਗੈਰਾ ਦੀ ਪ੍ਰੋਬਲਮ ਆ ਉਹਦੇ ਲਈ ਬਹੁਤ ਵਧੀਆ, ਕਿਉਂਕਿ ਇਹ ਤੁਹਾਡੀ ਇਨਸੁਲਿਨ ਨੂੰ ਬਹੁਤ ਸੋਹਣੇ ਤਰੀਕੇ ਨਾਲ ਐਕਟੀਵੇਟ ਕਰਕੇ ਉਹਨੂੰ ਸਿਸਟਮ ਦੇ ਵਿੱਚ ਰਨ ਕਰਨ 'ਚ ਬਹੁਤ ਹੈਲਪ ਕਰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਰੱਖਦੇ ਹੋ ਬਣਾ ਕੇ, ਔਰ ਸਰਦੀਆਂ ਦੇ ਵਿੱਚ ਲੈਂਦੇ ਹੋ, 2 ਹਫ਼ਤਾ ਜਿੰਨੀ ਦੇਰ ਲੈ ਸਕਦੇ ਹੋ ਲਓ, ਪਲੱਸ ਆਪਣੇ ਆਸੇ ਪਾਸੇ ਵਾਲਿਆਂ ਨੂੰ ਵੀ ਦਿਓ, ਆਪਣੇ ਬੱਚਿਆਂ ਨੂੰ ਵੀ ਦਿਓ, ਕਿਉਂਕਿ ਜੇ ਤੁਸੀਂ ਤੰਦਰੁਸਤ ਹੋ, ਤੁਹਾਡੇ ਆਸੇ ਪਾਸੇ ਵਾਲੇ ਤੰਦਰੁਸਤ ਹੋ, ਤੁਸੀਂ ਜ਼ਿਆਦਾ ਲੰਬੇ ਟਾਈਮ ਤੱਕ ਤੰਦਰੁਸਤ ਰਹਿੰਦੇ ਹੋ, ਕਿਉਂਕਿ ਜਦੋਂ ਕੋਈ ਬਿਮਾਰ ਹੁੰਦਾ ਤੁਹਾਡੇ ਕੋਲ ਆ ਕੇ ਮਿਲ ਗਿਲ ਰਿਹਾ ਤਾਂ ਤੁਸੀਂ ਵੀ ਨਾਲ ਬਿਮਾਰ ਹੋ ਜਾਣਾ ਹੁੰਦਾ। ਸੋ ਇਸ ਚੀਜ਼ ਨੂੰ ਜੋ ਤੁਸੀਂ ਅਪਣਾਉਂਦੇ ਹੋ, ਦਿਨ ਇਸ ਚੀਜ਼ ਨਾਲ ਸ਼ੁਰੂ ਕਰਦੇ ਹੋ ਤਾਂ ਤੁਸੀਂ ਇੱਕ ਬਹੁਤ ਸੋਹਣੇ ਤਰੀਕੇ ਨਾਲ ਆਪਣੀ ਬਾਡੀ ਨੂੰ ਇਮਿਊਨ ਕਰ ਲੈਂਦੇ ਹੋ, ਆਪਣੀ ਬਾਡੀ ਨੂੰ ਸਰਦੀ ਦੇ ਲਈ ਤਿਆਰ ਕਰ ਲੈਂਦੇ ਹੋ। ਸੋ ਦੈਟ ਇਜ਼ ਹੋਮ ਮੇਡ ਇਮਿਊਨਿਟੀ ਬੂਸਟਰ ਐਂਡ ਚੀਪ ਐਂਡ ਦ ਬੈਸਟ ਵਨ।